ਭਾਈ ਹਰਜਾਤ ਸਿੰਘ ਜੀ ਨਾਲ ਕਰਨੀ ਹੱਥ ਨਾ ਮਾਰੋ ਐਸਜੀਪੀਸੀ ਸੰਗਤ ਦੀ ਨਹੀਂ ਐਸਜੀਪੀਸੀ ਕੋਲ ਸੰਗਤ ਦਾ ਪੈਸਾ ਕੀ ਹੋਣਾ ਹੈ ਹਨੀ ਜਿਸ ਦਿਨ ਇਲੈਕਸ਼ਨ ਸੀ ਅੱਜ ਪਹਿਲਾਂ ਲੱਗਣਗੇ ਕੱਲ ਨੂੰ ਕੰਧਾਂ ਆਉਣਗੀਆਂ ਕੇਸ ਹਾਕਣਾ ਮੰਨ ਲਓ ਪੇਸ਼ੈਂਟ ਕੋਈ ਜਾਣਾ ਕਿਦੋਂ ਲੈ ਕੇ ਜਾਣਾ ਜੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ ਮਜੀਠੀਆ ਸਾਹਿਬ ਕੇਸ ਹਾਕਣਾ ਇਹ ਚੀਜ਼ ਅਨਾਊਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਦੇਵਾਂਗਾ ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇਵਾਂਗਾ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਤੇ ਮਜੀਠੀਆ ਸਾਹਿਬ ਕੋਲ ਕੀ ਹਾਕਿਆ ਸੀ ਜਿਹੜੀ ਚੀਜ਼ ਹਰ ਇੱਕ ਚੀਜ਼ ਦੀ ਵੀਡੀਓ ਉਹਨਾਂ ਦੀ ਵਾਇਰਲ ਹੈਗੀ ਹਰ ਇੱਕ ਚੀਜ਼ ਅਸੀਂ ਤੁਹਾਡੇ ਕੋਲ ਵੀ ਉਹ ਚੀਜ਼ ਆਪਾਂ ਹੱਥ ਜੋੜ ਕੇ ਬੇਨਤੀ ਇਹੋ ਚੀਜ਼ ਦੀ ਕਰਨ ਤੁਸੀਂ ਰਾਹ ਬੰਦ ਕਰਨ ਦਾ ਟਾਈਮ ਦਿਓ ਅਸੀਂ ਉੱਥੇ ਗੱਲ ਕਰ ਲੈਂਦੇ ਆਪਾਂ ਤੁਹਾਨੂੰ ਉਹ ਚੀਜ਼ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਉਹਨਾਂ ਨੂੰ ਟਾਈਮ ਲੈ ਕੇ ਆਪੇ ਇੱਕ ਵਾਰੀ ਮੀਟਿੰਗ ਕਰ ਲੈਂਦੇ ਹਾਂ ਤੁਸੀਂ ਉਹਨੇ ਦੇ ਰਾਹ ਜਿਹੜੇ ਆ ਆਪਣੇ ਬੰਦ ਰੱਖੋ ਕੋਈ ਵੀ ਮਸਲਾ ਵਾ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਜੇ ਤੁਸੀਂ ਇੱਦਾਂ ਤਕਰਾਰ ਨਾ ਕਰੋਗੇ ਨਾ ਮਜੀਠੀਆ ਸਾਹਿਬ ਨੇ ਅਨਾਊਂਸ ਕੀਤਾ ਐਸਜੀਪੀਸੀ ਖੜੀ ਹੋ ਗਈ ਇੱਕ ਬੰਦਾ ਨਹੀਂ ਬੋਲਿਆ ਕਿ ਭਾਜੀ ਤੁਸੀਂ ਸਾਡੀ ਜਗ੍ਹਾ ਤੇ ਕਿਉਂ ਅਨਾਊਂਸ ਕਰਨ ਦੇ ਪਾਰਕ ਦਾ ਇੰਟਰਲੋਕ ਉਦੋਂ ਕਿਸੇ ਬੰਦੇ ਨੇ ਤੁਹਾਡੇ ਮੁਲਾਜ਼ਮ ਦੇਖੋ ਭਾਈ ਰਾਮ ਸਿੰਘ ਇੱਥੇ ਆਏ ਮੇਰੇ ਕੋਲ ਇੱਕ ਇੱਕ ਬੰਦੇ ਦੀ ਵੀਡੀਓ ਪਈ ਮੈਂ ਤੁਹਾਨੂੰ ਸਾਰੇ ਦਿਖਾ ਦੂੰਗਾ ਤੁਸੀਂ ਆਪਣਾ ਰਾਹ ਬੰਦ ਕਰ ਦਿੰਦੇ
ਵਿਕਰਮ ਸਿੰਘ ਮਜੀਠੀਆ ਜੀ, ਤੁਸੀਂ ਇੱਥੇ ਬਹਿ ਕੇ ਅਨਾਊਂਸ ਕੀਤਾ ਜੀ ਕਿ ਇਹ ਹੰਸਰੀ ਦੇ ਉੱਤੇ ਆਪਾਂ ਪਾਰਕ ਬਣਾਵਾਂਗੇ, ਵਧੀਆ ਰਾਹ ਦੇਵਾਂਗੇ। ਆਹੀ ਲੋਕ ਆ ਜਿਹੜੇ ਤੁਹਾਡੀ ਰੈਲੀ ਚ ਤੁਹਾਡੇ ਨਾਲ ਚੱਲੇ ਸੀ। ਇੱਧਰ ਵੇਖੋ, ਇਹ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ ਤੇ ਨਾਲ ਚੱਲੇ ਸੀ, ਤੁਹਾਨੂੰ ਵੋਟਾਂ ਪਾਈਆਂ ਸੀ। ਪਰ ਅੱਜ ਦਾ ਮਤਲਬ ਕਿ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ ਤੁਸੀਂ ਰਸਤੇ ਬੰਦ ਕਰੋਗੇ? ਆਹ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਉਣਾ ਹੀ ਹੈ। ਵੋਟ ਜਿੱਤਿਆ ਤੁਸੀਂ, ਦੇਖੋ ਚੈੱਕ ਕਰਾਓ ਮਾਨਸਾ, ਦੇਖੋ ਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹੀ ਬੇਨਤੀ ਕਰਦੇ ਕਿ ਬਹੁਤ ਨੀਵਾਂ ਜਾ ਰਿਹਾ ਵਾ, ਏਦਾਂ ਦੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਵੈਰ ਵਿਰੋਧ ਚ ਹੋਣ। ਕੱਲ ਨੂੰ ਐਸਜੀਪੀਸੀ ਦੀਆਂ ਚੋਣਾਂ ਹੈਗੀਆਂ ਵਾ, ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੀ। ਇਹ ਤੁਹਾਡੇ ਅੱਗੇ ਬੇਨਤੀ ਹੈਗੀ ਜੀ, ਕਰ ਦੋ ਮੈਂ ਕੋਈ ਮਤਲਬ ਨੀਗਾ, ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ ਸਾਡਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ। ਜੀਤਿਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਊਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਦੇਵਾਂਗਾ, ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇਣਾ, ਜਦੋਂ ਕਿ ਤੁਸੀਂ ਇੱਕ ਬੰਦੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨੀ ਗਾ ਇਸ ਚੀਜ਼ ਦਾ? ਆਪਣੇ ਮੰਦ ਰੱਖੋ।
ਮਸਲਾ ਵਾ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਜੇ ਤੁਸੀਂ ਇਹਦਾ ਤਕਰਾਰ ਨਾ ਕਰੋਗੇ ਨਾ ਕੋਈ ਮਾੜਾ ਚੰਗਾ ਬੋਲਿਆ ਮੇਰਾ ਹੋਵੇ ਮੈਂ ਫੈਸਲਾ ਲੈ ਸਕਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਅੱਗੇ ਤੁਹਾਡੀ ਪਾਰਟੀ ਦਾ ਕੱਖ ਨਹੀਂ ਜੇ ਰਿਹਾ, ਤੁਹਾਡੇ ਪੱਲੇ ਪੂਰੇ ਪੰਜਾਬ ਤੇ 3 ਸੀਟਾਂ, ਤੁਸੀਂ ਐਲਜੀਪੀਸੀ ਦੀਆਂ ਵੋਟਾਂ ਵੀ ਹਾਰ ਜਾਣੀਆਂ ਜੇ, ਜੋ ਤੁਹਾਡੇ ਹਾਲਾਤ ਆ ਲੋਕਾਂ ਦੇ ਪ੍ਰਤੀ ਤੁਹਾਡੇ ਚ ਬਹੁਤ ਰੋਸ਼ ਹੈਗਾ ਜੇ, ਇਹੋ ਜਿਹੇ ਕੰਮ ਬੰਦ ਕਰ ਦੋ, ਤੁਹਾਡੀ ਇੱਕ ਸੀਟ ਨਹੀਂ ਜਾਣੀ।